ਹਾਂਜੀ ਭਾਜੀ ਕਦੋਂ ਪੈਸੇ ਦੇ ਕੇ ਜਾਓਗੇ? ਦਿੰਦਾ ਤੈਨੂੰ ਮੈਂ ਪੈਸੇ। ਕਿੱਥੇ ਜਾਵਾਂ ਯਾਰ, ਮੈਂ ਤਾਂ ਇੱਥੇ ਬੈਠਾ ਵਾਂ, ਤੂੰ ਆ ਇੱਥੇ, ਤੂੰ ਘਰੋਂ ਨਿਕਲ ਮਾੜਾ ਜਿਹਾ, ਜਾ ਇੱਧਰ ਆ ਮਾੜਾ, ਪੈਸੇ ਪੂਸੇ ਦੇ ਕੇ ਜਾ, ਅਸੀਂ ਬੈਠੇ ਹਾਂ, ਸਾਡੀ ਰੋਟੀ ਨਹੀਂ ਪੱਕ ਰਹੀ ਬਾਈ। ਹੈਲੋ ਅਨਮੋਲ, ਕੀ ਹਾਲ ਚਾਲ ਆ? ਗੈਸ ਕਰ, ਕੌਣ ਬੋਲਦੀ ਆ? ਹੈਲੋ ਹਰਮਨ, ਛੇਤੀ ਆ ਯਾਰ, ਮੈਂ ਤੋਂ ਡਿੱਗ ਪਿਆ ਯਾਰ, ਮੋਟਰਸਾਈਕਲ ਤੋਂ ਫੋਨ ਨਹੀਂ ਚੱਕਿਆ ਤੂੰ ਪਹਿਲਾਂ। ਹਾਂਜੀ ਵੈਲਕਮ ਬੈਕ ਗਾਇਸ, ਕੀ ਹਾਲ ਚਾਲ ਆ ਸਾਰਿਆਂ ਦੇ? ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੈਂਟ ਹੋਵੋਗੇ ਬਾਈ। ਅਤੇ ਅੱਜ ਦੀ ਬਾਈ ਵੀਡੀਓ ਤੁਸੀਂ ਟਾਈਟਲ ਦੇਖ ਲਿਆ ਹੋਣਾ, ਕੀ ਰਹਿਣ ਵਾਲੀ ਆ। ਅੱਜ ਆਪਾਂ ਬਾਈ ਲੋਕਾਂ ਨੂੰ ਬੜਾ ਹੀ ਜ਼ਿਆਦਾ ਤੰਗ ਕਰਨਾ ਵਾ, ਅਤੇ ਜਿਹੜੇ ਮਤਲਬ ਆਪਣੇ ਭਰਾ ਵਾ ਸਾਰਿਆਂ ਨੂੰ ਤੰਗ ਕਰਨਾ ਵਾ, ਅਤੇ ਕੈਰੀ ਨੇ ਉਹਨਾਂ ਤੋਂ ਗਾਲਾਂ ਵੀ ਖਾਣੀਆਂ ਵਾ, ਨੰਬਰ ਸਾਰੇ ਆਪਾਂ ਸੇਵ ਕਰ ਲਏ ਆ, ਅਤੇ ਇੱਧਰ ਹੁਣ ਆਪਾਂ ਨੰਬਰ ਭਰਨ ਲੱਗੇ ਹਾਂ। ਇੱਕ ਇੱਕ ਵਾਰੀ ਕਰਕੇ ਸਾਰਿਆਂ ਦੀ ਵਾਰੀ ਆਊਗੀ, ਸਾਰਿਆਂ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ ਵਾ, ਅਤੇ ਅਲੱਗ ਅਲੱਗ ਕਹਿਣਾ ਵਾ ਕਿ ਮੈਂ ਤੁਹਾਡਾ ਸਰ ਬੋਲਦਾ ਸੀ, ਮੈਂ ਤੈਨੂੰ ਪੈਸੇ ਦਿੱਤੇ ਸੀਗੇ, ਮੇਰੇ ਪੈਸੇ ਕਦੋਂ ਮੁੜੇਗਾ। ਬਸ ਦਿਮਾਗ ਨੇ ਸਾਰੇ, ਹਾਂ ਦਿਮਾਗ ਵਿੱਚ ਕੁਛ ਵੀ ਆ ਗਿਆ, ਆਪਾਂ ਉਹਨਾਂ ਨੂੰ ਨਾਲ ਹੀ ਕਹਿ ਦੇਣਾ। ਹਾਂ ਬਸ ਸਹੀ ਆ, ਸਾਰੇ ਸਬਸਕ੍ਰਾਈਬਰਾਂ ਦੇ ਨੰਬਰ ਆ, ਅਤੇ ਪਹਿਲਾ ਨੰਬਰ ਕੈਰੀ ਚਾਲ ਵੱਲੋਂ ਇੱਧਰੋਂ ਲੱਗੂਗਾ। ਲਓ ਬਾਈ ਜੀ, ਨੰਬਰ ਆਪਾਂ ਕਿਸੇ ਦਾ ਸ਼ੋਅ ਨਹੀਂ ਕਰ ਸਕਦੇ ਕਿਉਂਕਿ ਕਿਸੇ ਯਾਰ ਪ੍ਰਾਈਵੇਸੀ ਆ, ਤਾਂ ਆਵਾਜ਼ ਤੁਹਾਡੇ ਕੋਲ ਜ਼ਰੂਰ ਪਹੁੰਚੂਗੀ, ਪਰ ਨੰਬਰ ਸ਼ੋਅ ਕਰਨਾ ਔਖਾ ਥੋੜ੍ਹਾ ਜਿਹਾ ਨਾ। ਜਲਦੀ ਭਰ ਕੈਰੀ ਚਾਲ, ਇੱਕ ਇੱਕ ਨੰਬਰ ਦੇਖ ਕੇ ਭਰਦਾ। ਜਸਪ੍ਰੀਤ ਬੋਲਦਾ ਮੈਂ, ਉਹਦਾ ਨਾਮ ਵੀ ਜਸ ਹੀ ਆ। ਨਹੀਂ ਇਹਦਾ ਲਾਇਆ ਵੀਰੇ, ਇਹਦਾ ਮੈਂ ਇਹਦਾ ਲਾਇਆ ਜਸ। ਹੈਲੋ ਜਸ ਬਾਈ, ਜਸ ਬੋਲਦਾ? ਹੈਲੋ ਜਸ ਬੋਲਦਾ ਬਾਈ? ਕੌਣ ਬੁੱਟਰ ਬਾਈ? ਮੈਂ ਬਾਈ ਕਮਲ ਬੋਲਦਾ। ਕਮਲ? ਕੌਣ ਕਮਲ? ਕਮਲ ਬਾਈ ਮੈਂ ਤੁਹਾਡੇ ਤੋਂ ਪੈਸੇ ਲਏ ਸੀਗੇ ਯਾਰ, ਤੂੰ ਮੇਥੋਂ ਪੈਸੇ ਲਏ ਸੀ ਮੋਗੇ ਤੋਂ? ਪੈਸੇ? ਹਾਂ ਮੋਗੇ ਤੋਂ। ਮੋਗੇ ਦੇ ਕੈਰੀ ਬੋਲਦਾ ਮੈਂ ਹੁਣ? ਨਹੀਂ ਨਹੀਂ ਬਾਈ, ਬਸ ਕਰੋ। ਨਹੀਂ ਨਹੀਂ ਬਾਈ ਮੈਂ ਕਮਲ ਬੋਲਦਾ। ਨਹੀਂ ਕੈਰੀ ਬੋਲਦਾ ਬਾਈ। ਯਾਰ ਬਾਈ ਕੀ ਗੱਲ ਕਰੀ ਜਾਂਦਾ ਯਾਰ, ਕੌਣ ਕੈਰੀ ਬਾਈ, ਮੇਰਾ ਜਾਣਦਾ ਨਹੀਂ ਕੌਣ ਹੈ ਕੈਰੀ ਇਹ। ਬਸ ਕਦੋਂ ਦਊਗਾ ਬਾਈ 5000 ਰੁਪਏ ਆਪਣਾ ਜਿਹੜਾ ਰਹਿੰਦਾ ਵਾ? ਕਰੋ ਦੋ ਯਾਰ, ਮੈਂ ਤਾਂ ਨਿਆਣਾ ਬਾਈ। ਬਾਈ ਨਿਆਣਾ ਨਿਆਣਾ ਪੈਸੇ ਲੈ ਗਿਆ ਯਾਰ, 5000 ਰੇਲ ਹੁਣ ਦੇ ਨਹੀਂ ਰਿਹਾ ਯਾਰ। ਗਲਤ ਗੱਲ ਆ ਬਾਈ, ਮੈਂ ਕੋ ਮਿੱਤੀ ਮੈਵੇ ਯਾਰ ਬਾਈ। ਇਹ ਤਾਂ ਬਾਈ ਰੋਣ ਲੱਗ ਗਿਆ ਯਾਰ, ਯਾਰ ਮੇਰੇ ਕੋ ਪੈਸੇ ਨਹੀਂ ਗਏ ਬਾਈ। ਪਹਿਲਾਂ ਮੈਂ ਇਹ ਦੱਸ ਬਾਈ ਤੂੰ ਪਛਾਣਿਆ ਕਿਵੇਂ ਯਾਰ? ਮੇਰੇ ਕੋ ਨੰਬਰ ਨਹੀਂ ਸੇਵ ਕੀਤੇ ਗਏ, ਉਹਨਾਂ ਨੂੰ ਮੈਸੇਜ ਆਏ ਸੀਗੇ। ਮੇਰਾ ਨੰਬਰ ਕਿਵੇਂ ਸੇਵ ਹੋਊਗਾ ਦੱਸ? ਅੱਛਾ ਅੱਛਾ, ਤੂੰ ਮੈਨੂੰ ਮੰਗਾ ਕੇ ਆ। ਮੈਂ ਕਿਹਾ ਲੈ ਯਾਰ ਆਪਣੇ ਜਿਹੜੇ ਭਰਾ ਦੇਖਦੇ ਯਾਰ, ਉਹਨਾਂ ਨੂੰ ਆਵਾਜ਼ ਪਤਾ ਲੱਗ ਹੀ ਜਾਂਦੀ ਹੈ ਸਾਰਿਆਂ ਨੂੰ। ਮੈਂ ਆਪਣਾ ਤਾਂ ਆਏਗਾ ਹੀ ਨਹੀਂ ਪਛਾਣਨਾ, ਬਾਈ ਨੇ ਪਛਾਣ ਲਿਆ ਬਾਈ ਨੇ ਪਹਿਲੀ ਆਵਾਜ਼ 'ਚ ਪਛਾਣ ਲਿਆ। ਚੱਲ ਠੀਕ ਹੈ ਵੀਰੇ, ਅਗਲੀ ਵੀਡੀਓ ਮਾੜਾ ਲਾਈਏ, ਠੀਕ ਹੈ ਨੰਬਰ ਕਿਸੇ ਨੂੰ? ਓਕੇ ਓਕੇ ਵੀਰੇ, ਓਕੇ ਬਾਏ। ਚੱਲ ਹੁਣ ਮੇਰੀ ਵਾਰੀ ਲੈ ਪੜਾ। ਕੀ ਨਾਮ ਆ? ਕੀ ਨਾਮ ਆ? ਹਿਮਾਂਸ਼ੂ। ਹਿਮਾਂਸ਼ੂ, ਹਿਮਾਂਸ਼ੂ ਨੂੰ ਲਾਇਆ ਨਾ? ਹਾਂਜੀ ਬਾਈ, ਹੁਣ ਆਪਾਂ ਲਾਉਣ ਲੱਗੇ ਹਾਂ ਹਿਮਾਂਸ਼ੂ ਭਰਾ ਨੂੰ ਫੋਨ। ਤੂੰ ਥੋੜਾ ਕੁਛ ਕੱਛਾ ਉੱਡ ਕੇ ਸਾਡੇ ਕੋਠੇ ਤੇ ਆ ਗਿਆ, ਤੂੰ ਤਾਂ ਲੈ ਜਾਊਗਾ ਸਕੂਲੇ ਗਿਆ ਹੋਣਾ, ਜੂਨ 'ਚ ਪਾਣੀ ਸੜਕਣ ਗਿਆ ਹੋਣਾ ਕਲਾਸਰੂਮ 'ਚ। ਸਾਡੇ 4000 ਸਕੂਲ ਨਹੀਂ ਚੱਕਿਆ ਨਹੀਂ, ਚੱਲ ਅਗਲਾ ਲਾਉਂਦੇ ਹਾਂ, ਛੱਡ ਆ ਫੜ ਆ ਲਾ ਲਾ ਹੈਲੋ ਹਰਮਨ, ਛੇਤੀ ਆ ਯਾਰ, ਮੈਂ ਤੋਂ ਡਿੱਗ ਪਿਆ ਯਾਰ, ਮੋਟਰਸਾਈਕਲ ਤੋਂ ਫੋਨ ਨਹੀਂ ਚੱਕਿਆ ਤੂੰ ਪਹਿਲਾਂ। ਹੈਲੋ, ਉਹ ਮੈਂ ਇੱਥੇ ਡਿੱਗਿਆ ਪਿਆ ਵਾਂ, ਛੇਤੀ ਆਇਆ ਤੂੰ ਫੋਨ ਨਹੀਂ ਚੱਕਿਆ ਪਹਿਲਾਂ, ਮੈਨੇ ਮੰਮੀ ਹੁਣਾਂ ਨੂੰ ਕਹਿ ਦੇ ਘਰੇ ਮਾੜਾ ਜਿਹਾ।
ਤੂੰ ਆ ਲੈ ਦੱਸ ਨੰਬਰ ਨਹੀਂ ਸੇਵ ਕੀਤਾ ਤੂੰ ਮੇਰਾ ਹਜੇ ਤੱਕ। ਨਹੀਂ ਯਾਰ ਯਾਰ ਤੂੰ ਮਜ਼ਾਕ ਜਿਹਾ ਨਾ ਕਰ, ਛੇਤੀ ਆ ਯਾਰ, ਕੌਣ ਹੋ ਸਕਦਾ ਆਪੇ ਗੈਸ ਲਾ ਲਾ। ਤੇਰੇ ਨਾਲ ਤਾਂ ਪੜ੍ਹਦਾ ਵਾਂ ਯਾਰ, ਯਾਰ ਬਾਈ ਯਾਰ ਬਾਈ ਮਜ਼ਾਕ ਨਹੀਂ ਕਰਦਾ ਪਿਆ ਯਾਰ, ਸੱਚੀ ਯਾਰ ਛੇਤੀ ਆ ਯਾਰ, ਡਿੱਗਿਆ ਪਿਆ ਵਾਂ, ਤੂੰ ਫੋਨ ਨਹੀਂ ਚੱਕਿਆ ਪਹਿਲਾਂ। ਚਲੋ ਠੀਕ ਹੈ ਵੀਰੇ, ਓਕੇ ਹੋਰ ਨੂੰ ਫੋਨ ਲਾਉਂਦੇ ਹਾਂ, ਠੀਕ ਹੈ ਜੀ, ਓਕੇ ਜੀ ਬਾਈ ਜੀ। ਅਨਮੋਲ ਅਨਮੋਲ ਕੀ ਹਾਲ ਚਾਲ ਆ? ਹੈਲੋ ਅਨਮੋਲ ਕੀ ਹਾਲ ਚਾਲ ਆ? ਕੀ ਹਾਲ ਚਾਲ ਆ? ਮੈਂ ਸਾਨੀਆ ਬੋਲਦੀ ਆ। ਕੀ ਹਾਲ ਚਾਲ ਆ? ਤੈਨੂੰ ਬੀਬੀ ਆਵਾਜ਼ ਆ ਰਹੀ ਹੈ ਮੇਰੀ? ਦੁਬਾਰਾ ਲਾਉਣੀ ਆ ਜਾਨੂੰ। ਇਹ ਤਾਂ ਬਾਈ ਆਉਂਦਾ ਮੈਨੂੰ, ਕੁੜੀਆਂ ਦੀ ਆਵਾਜ਼ ਤਾਂ ਮੈਨੂੰ ਆਉਂਦੀ, ਤਾਂ ਹੀ ਤਾਂ ਮੈਂ ਕਹਿੰਦਾ ਮੈਨੂੰ ਗੱਲ ਕਰਨ ਦਿਓ। ਵਟ ਟ੍ਰੈਵਲ ਨੈਟ ਬੰਦਾ ਰਿਹਾ ਹੀ ਤੱਕ। ਹਾਂਜੀ ਕਿਵੇਂ ਹੋ ਜਾਨੂੰ? ਕੌਣ? ਮੈਂ ਸਾਨੀਆ ਬੋਲਦੀ ਸੀ। ਕੌਣ ਬੋਲ ਰਿਹਾ? ਸਾਨੀਆ। ਟਾਈਮ ਦੇ ਕੇ ਆਈ ਨਹੀਂ ਸਾਨੀਆ। ਯਾਨੀ ਕਿ ਗੈਸ ਕਰ ਰਿਹਾ ਕਿ ਮੁੰਡਾ ਹੈ। ਹੈਲੋ ਗੈਸ ਕਰ, ਕੌਣ ਬੋਲਦੀ ਆ? ਸਾਫ ਨਹੀਂ ਆ ਰਹੀ ਬਾਤ ਤਾਂ। ਮੈਂ ਕਿਹਾ ਗੈਸ ਕਰ, ਕੌਣ ਬੋਲਦੀ ਆ? ਤੂੰ ਪਹਿਚਾਣ ਮੈਨੂੰ ਭੁੱਲ ਗਿਆ? ਹੈਲੋ ਤੂੰ ਭੁੱਲ ਗਿਆ ਯਾਰ ਮੈਨੂੰ? ਯਾਰ ਹੁਣੀ ਭੁੱਲ ਗਿਆ ਤੂੰ, ਹੁਣੀ ਮੇਰੇ ਨਾਲ ਗੱਲ ਕਰ ਗਿਆ ਯਾਰ। ਮੰਮੀ ਮੰਮੀ ਮੈਨੂੰ ਭੁੱਲ ਗਿਆ, ਮੰਮੀ ਇਹਦੇ ਘਰੇ ਚਲੀ ਗਿਆ, ਚੱਲ ਚੱਲ ਬਾਈ ਦੇ ਲੈਣ ਇਹਨੇ ਬਾਬ ਜਾਨੀ, ਵਧੀਆ ਇਹਨਾਂ ਵਧੀਆ ਹੋ ਗਿਆ। ਮੇਰੀ ਤੇਜ ਆ ਕੇ ਨਹੀਂ ਆਂਟੀਆਂ ਨੂੰ ਕਿਸਮਤੀ ਤੇਜ ਮਿੱਠੀ ਦੂਜੇ ਸਿਮ ਤੋਂ ਲਾ ਬਰੋ। ਕਿਹੜੇ ਤੋਂ ਲਾਦਾ ਬਾਈ ਮੈਂ? ਆਹ ਸਿਮ ਤੋਂ ਲਾਉਂਦਾ। ਜੋਤ ਹੈਗਾ? ਜੋਤ ਹੈਲੋ ਜੋਤ ਹੈਗਾ ਜੀ? ਹੈਲੋ ਜੋਤ ਹੈਗਾ ਜੀ? ਜੋਤ ਤੁਸੀਂ ਕੌਣ?
ਜੋਤ ਨਾਲ ਗੱਲ ਕਰਾਓ ਮੜੀ ਜੀ। ਮੇਰਾ ਸਕੂਲ ਦਾ ਦੋਸਤ ਬੋਲਦਾ ਜੀ। ਹੈਲੋ, ਮੈਂ ਉਹਦਾ ਫਰੈਂਡ ਬੋਲਦਾ ਜੀ, ਜੋਤ ਨਾਲ ਗੱਲ ਕਰਾਇਓ। ਅੱਛਾ ਜੀ, ਉਹ ਕੈਰੀ ਮੁੰਡਾ ਬਾਈ ਨੂੰ ਬਾਈ ਮੁੰਡਾ ਯਾਰ ਤੂੰ ਬਾਅਦ ਚ ਲਵਾਈ ਸੀ ਬਾਈ ਆਵਾਜ਼। ਹੈਲੋ ਸੱਚੀ ਜੀ ਕਰਦਾ ਓਹਦੀ ਮੰਮੀ ਹੋਈ ਚੱਲ ਕੇ ਕੁੜੀ ਵਾਲੀ ਬਾਅਦ ਚ ਗੱਲ ਕਰਾ ਦੇ ਚਪੇੜਾ ਚਪੇੜਾ ਸਹੇਲੀ ਬੋਲਦੀ ਮੈਂ ਇਹਦੀ, ਮੈਨੂੰ ਛੱਡ ਗਿਆ ਕੰਜਰ ਇਹ। ਵੇਲ ਨੇ ਅਰਵਿੰਦਰ ਆਏ ਕੀ ਨਾਂ ਇਹਦਾ? ਅਰਵਿੰਦਰ। ਹੈਲੋ ਹੈਲੋ, ਅਰਵਿੰਦਰ ਗੱਲ ਕਰ ਰਿਹਾ ਭਾਜੀ? ਅਰਵਿੰਦਰ ਗੱਲ ਕਰ ਰਹੇ ਹੋ? ਅਮਰਿੰਦਰ, ਹਾਂਜੀ ਹਾਂਜੀ। ਉਹ ਜੀ ਤੁਸੀਂ ਦਵਾਈ ਲੈ ਗਏ ਸੀਗੇ, ਮੈਂ ਕਲੀਨਿਕ ਤੋਂ ਗੱਲ ਕਰ ਰਿਹਾ ਵਾਂ। ਤੁਸੀਂ ਕਹਿੰਦੇ ਸੀ ਬਾਅਦ ਚੋਂ ਪੈਸੇ ਫੜਾ ਜਾਂਗੇ, ਫੜਾ ਕੇ ਨਹੀਂ ਗਏ ਭਾਜੀ। ਮਾੜਾ ਗੱਲ ਕਰੀ ਯਾਰ, ਇਹਦੇ ਨਾਲ ਸਮਝ ਨਹੀਂ ਆਉਂਦੀ ਪਈ ਉਹਨੂੰ ਮਾੜਾ। ਪੈਸੇ ਨਹੀਂ ਮਹਿੰਗਾ ਫੜਾ ਕੇ ਗਏ ਸੀ ਤੁਸੀਂ ਕਲੀਨਿਕ ਤੋਂ, ਦਵਾਈ ਲੈ ਗਏ ਤੁਸੀਂ, ਠੀਕ ਹੋ ਗਏ ਹੋ, ਅਤੇ ਪੈਸੇ ਕਿਹਨੇ ਦੇ ਕੇ ਜਾਣੇ ਸੀਗੇ ਜੀ? ਤੁਹਾਨੂੰ ਨਹੀਂ ਪਤਾ ਜੀ, ਪਤਾ ਨਹੀਂ ਕਿੰਨੇ ਦਿਨ ਹੋ ਗਏ ਆ, ਹੁਣ ਮੈਂ ਚੱਕ ਕੇ ਤੁਹਾਨੂੰ ਫੋਨ ਲਾ ਹੀ ਲਿਆ। ਦੋ ਚਾਰ ਹਫ਼ਤੇ ਹੋ ਗਏ ਆ। ਹਾਂ, ਦੋ ਚਾਰ ਹਫ਼ਤੇ ਹੋ ਗਏ ਆ, ਦੋ ਚਾਰ ਹਫ਼ਤੇ ਹੋ ਗਏ, ਵੱਧ ਹੀ ਹੋ ਗਏ ਹੋਣੇ ਆ। ਮੈਨੂੰ ਹੁਣ ਪੱਕਾ ਯਾਦ ਨਹੀਂ, ਤੁਹਾਨੂੰ ਆਪ ਨੂੰ ਚਾਹੀਦਾ। ਉਹ ਦੁਕਾਨ ਨਹੀਂ, ਕਲੀਨਿਕ ਜਿੱਥੋਂ ਤੁਸੀਂ ਦਵਾਈ ਲੈ ਕੇ ਜਾਂਦੇ ਹੋ, ਮੇਰੇ ਕੋਲ ਹੀ ਚੱਲਦੀ ਤੁਹਾਡੀ ਦਵਾਈ। ਮੈਂ ਐਡਾ ਭਰ ਕੇ ਵਧੀਆ ਟੀਕਾ ਲਾਇਆ ਅਤੇ ਤੁਸੀਂ ਹੁਣ ਬਾਈ ਪੈਸੇ ਨਹੀਂ ਦੇ ਕੇ, ਗਲਤ ਗੱਲ ਆ ਤੁਹਾਡੀ ਆ। ਹਾਂਜੀ, ਕਿੱਥੇ ਜਾਵਾਂ ਯਾਰ, ਮੈਂ ਤਾਂ ਇੱਥੇ ਬੈਠਾ ਵਾਂ, ਤੂੰ ਆ ਇੱਥੇ, ਤੂੰ ਘਰੋਂ ਨਿਕਲ ਮਾੜਾ ਜਿਹਾ, ਜਾ ਤੇਰਾ ਮਾੜਾ ਜਿਹਾ ਪੈਸੇ ਪੂਸੇ ਦੇ ਕੇ ਜਾ, ਅਸੀਂ ਬੈਠਿਆਂ ਸਾਡੀ ਰੋਟੀ ਨਹੀਂ ਪੱਕ ਰਹੀ ਬਾਈ। ਉਹੀ ਬਰਗਰ ਖਾਣੇ ਨੂੰ ਕਹਿ ਯਾਰ ਪੈਸੇ ਦੇ ਗਏ ਆ। ਸਾਡਾ ਆਪਦਾ ਬੁਰਾ ਹਾਲ ਹੋਇਆ ਪਿਆ, ਤੈਨੂੰ ਤਾਂ ਅਸੀਂ ਠੀਕ ਕਰਤਾ ਯਾਰ। ਸਾਡਾ ਆਪਦਾ ਬੁਰਾ ਹਾਲ ਹੋਇਆ ਪਿਆ ਵਾ, ਤੈਨੂੰ ਠੀਕ ਕਰਤਾ, ਤੂੰ ਪੈਸੇ ਨਹੀਂ ਦਿੰਦਾ ਯਾਰ। ਬਾਈ ਇਹ ਗੱਲ ਗਲਤ ਆ, ਫਿਰ ਦਵਾਈ ਬਿਨਾਂ ਪਹਿਲਾਂ ਲੈ ਕੇ ਜਾਂਦੇ ਯਾਰ। ਦੱਸ ਕੀ ਆ ਬਾਈ, ਤੁਹਾਨੂੰ ਪੁੱਛ ਯਾਰ, ਬਾਈ ਤੇਰਾ ਘਰ ਕਿੱਥੇ ਆ, ਮੈਨੂੰ ਇਹ ਦੱਸ ਦੇ, ਚੱਲ ਮੈਂ ਉੱਥੇ ਆ ਜਾ। ਟੀਕਾ ਬੈਗ ਖਿੱਚਦਾ ਨਾ ਬਾਈ, ਫਿਰ ਤੂੰ ਇੱਥੇ ਆ ਜਾ ਬਾਈ, ਪੈਸੇ ਰਹਿਣ ਦੇ, ਚੱਲ ਦੇ। ਹੈਲੋ ਬਾਬਾ, ਤੂੰ ਨੌਜਵਾਨ ਮੁੰਡਾ ਯਾਰ, ਤੈਨੂੰ ਮਾੜਾ ਚਾਹੀਦਾ ਯਾਰ ਆਪ ਨੂੰ। ਕੋਈ ਨਹੀਂ ਕੋਈ ਨਹੀਂ, ਮੈਨੂੰ ਨਹੀਂ ਚਾਹੀਦਾ। ਕੀ ਨਹੀਂ ਚਾਹੀਦਾ ਬਾਈ ਤੈਨੂੰ? ਤੈਨੂੰ ਚਾਹੀਦਾ, ਮੈਨੂੰ ਤਾਂ ਪੈਸੇ ਚਾਹੀਦੇ ਆ ਬਾਈ, ਮੈਨੂੰ ਤਾਂ ਚਾਹੀਦੇ, ਤੈਨੂੰ ਨਹੀਂ ਚਾਹੀਦੇ ਤਾਂ ਯਾਰ ਐਂ ਥੋੜ੍ਹੇ ਨਾ ਹੁੰਦਾ ਯਾਰ। ਆਹ ਗੱਲ ਕਰੀ ਕੰਪਾਊਂਡਰ ਨਾਲ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਮਾੜੇ ਜੇ ਇਹਨਾਂ ਨੂੰ ਦਵਾਈ ਦੇ ਦਾਂ ਫੜੀ। ਹੈਲੋ, ਹਾਂਜੀ ਭਾਅ ਜੀ, ਕਦੋਂ ਪੈਸੇ ਦੇ ਕੇ ਜਾਓਗੇ? ਕਦੋਂ ਜੀ? ਹੈਲੋ, ਕਦੋਂ ਜੀ? ਕਦੋਂ ਪੈਸੇ ਦੇ ਕੇ ਜਾਓਗੇ? ਬਾਰਕੋਡ ਸੈਂਡ ਕਰ ਦੇ ਨੂੰ ਚੌਂਕ 'ਚ, ਇਹਨੂੰ ਕਹਿ ਯਾਰ, ਜਿਹੜਾ ਕਲੀਨਿਕ ਉੱਥੇ ਆ ਜਾ ਬਾਈ ਯਾਰ, ਪੈਸੇ ਦੇ ਜਾ ਇਹਨਾਂ ਘਰ ਯਾਰ। ਐਡਾ ਚੌਂਕ 'ਚ ਕਲੀਨਿਕ ਆ ਜਿੱਥੇ ਤੋਂ ਲੈ ਕੇ ਗਿਆ ਸੀ ਦਵਾਈ, ਇੱਥੋਂ ਲੈ ਜਾ ਯਾਰ ਪੈਸੇ, ਮਤਲਬ ਪੈਸੇ ਦੇ ਜਾ ਯਾਰ। ਕਿਵੇਂ ਬਾਈ ਆਵਾਜ਼ ਸਾਡੀ ਹੁਣ ਕਿੱਥੇ ਨਿਕਲਣੀ ਆ? ਤੂੰ ਸਾਡੇ ਪੈਸੇ ਤਾਂ ਖਾ ਗਿਆ, ਅਸੀਂ ਰੋਟੀ ਖਾਣ ਤੋਂ ਬੈਠੇ ਹਾਂ ਭਰਾਵਾ, ਐਨਰਜੀ ਸਾਰੀ ਮੁੱਕੀ ਪਈ ਹੈ, ਲੰਗਰਾਂ 'ਚੋਂ ਛਬੀਲਾਂ ਲੱਭਦੇ ਫਿਰਦੇ ਹਾਂ, ਕਿੱਥੇ ਲੱਗੀ ਕਿਸੇ, ਢਿੱਡ ਭਰੀ ਜਾਂਦੇ ਹਾਂ ਉਹਦੇ ਨਾਲ ਭਰਾਵਾ।
ਦੱਸ ਕਿੱਥੋਂ ਦੇ ਗਏ ਬਾਈ ਯਾਰ ਕਹਿਣਾ ਨਾ ਕਰ ਯਾਰ ਫਿਰ ਹਾਂ ਕੀ ਬਾਈ ਯਾਰ ਆਵਰਾ ਖੋਡਾ ਆਵੜਾ ਆਵੇਰਾ ਸਰ ਪਾੜਾ ਬਾਈ ਨੂੰ ਲੱਗ ਗਿਆ ਹੀ ਪਤਾ ਪਰ ਫਿਰ ਵੀ ਹਨਾ ਉਸ ਹਿਸਾਬ ਨਾਲ ਗੱਲ ਜੀ ਕਰ ਰਿਹਾ ਸੀਗਾ ਉਹ ਫ੍ਰੀ ਬੈਠਾ ਹੋਇਆ ਜਦ ਕਹਿੰਦਾ ਜਿਵੇਂ ਤੂੰ ਗੱਲ ਕਰ ਰਿਹਾ ਹੈਗਾ ਚੱਲ ਟਾਈਮ ਪਾਸ ਹੀ ਕਰ ਲਈਏ ਉਹੀ ਗੱਲ ਹੁਣ ਪੱਕੀ ਗੱਲ ਉਹ ਕਰ ਰਿਹਾ ਸੀਗਾ ਟਾਈਮ ਪਾਸ ਵਾਲੀ ਬਾਈ ਚੱਲ ਹੁਣ ਕਿਸੇ ਹੋਰ ਨੂੰ ਲਾਉਂਦੇ ਹੁਣ ਲਾਉਂਦੇ ਕਿਸੇ ਹੋਰ ਨੂੰ ਆਹ ਫੜਿਓ ਮੜਾ ਇੱਕ ਚੀਜ਼ ਫੜੋ ਬਾਲੀ ਜਾਂ ਫੜੀ ਫਿਰਦਾ ਮੈਂ ਤਾਂ ਇਹਨੂੰ ਲਾ ਬੰਦੇ ਨੂੰ ਆਇਆ ਦਾਤੀ ਬਣਾ ਮੇਰਾ ਵੱਡਾ ਸਾਰਾ ਕੁਝ ਹੈਲੋ ਹੈਲੋ ਹਾਂ ਕਾਕਾ ਤੂੰ ਕਣਕ ਰੱਖ ਕੇ ਗਈ ਚੱਕੀ ਤੇ ਆਟਾ ਲੈ ਕੇ ਨਹੀਂ ਗਿਆ ਹੈਲੋ ਹੈਲੋ ਹਾਂਜੀ ਕੌਣ ਚੱਕੀ ਤੋਂ ਆਟਾ ਲੈ ਜਾਂਦੇ ਕਣਕ ਰੱਖ ਕੇ ਗਏ ਸੀ ਨਾਲੇ ਪੈਸੇ ਦੇ ਜਾਂਦੇ ਮਿਊਟ ਤੇ ਲਾ ਗਿਆ ਸੀ ਨਾ ਹੈਲੋ ਹੈਲੋ ਕਿਵੇਂ ਹੋ ਜਾਨੂ ਹੈਲੋ 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 ਲੁੱਡੋ ਦਾ ਮੈਚ ਦਾ ਆਈਏ ਕੀ ਹੋਣਾ ਬਾਈ ਬਾਈ ਨਹੀਂ ਮੈਂ ਦੀਦੀ ਆ ਦੀਦੀ ਆ ਮੈਂ ਹੈਲੋ ਬੋਰਿੰਗ ਆ ਬਾਈ ਨੂੰ ਕੱਟ ਕੇ ਹੋਰ ਹੈਲੋ ਬੋਲਦਾ ਕਿਉਂ ਨਹੀਂ ਬੇ ਟੁੱਟ ਪੜਿਆ ਬੋਰਿੰਗ ਆ ਇਹਦੇ ਨਾਲ ਨਿਭ ਨਹੀਂ ਆਪਣੀ ਕਿਸੇ ਹੋਰ ਨੂੰ ਲਾਵਾਂਗਾ ਤੂੰ ਨਹੀਂ ਇਹ ਮੇਰਾ ਜਾਨੂ ਆ ਮੈਂ ਤਾਂ ਇਹਨਾਂ ਨਾਲ ਗੱਲ ਕਰੂੰਗੀ ਕਿਹੋ ਜਿਹਾ ਪਿੱਛੇ ਮਰਦੀ ਆ ਤੂੰ ਨਹੀਂ ਬੋਲਦਾ ਏ ਟੁੱਟ ਪੈਣਾ ਮਤਲਬ ਯਾਰ ਵਧੀਆ ਲੱਗਦਾ ਨਾ ਸਵਾਦ ਜਿਹਾ ਆਉਂਦਾ ਨਾ ਮਨ ਨੂੰ ਸਕੂਨ ਜਿਹਾ ਕੱਲ ਨਾਲੋਂ ਅੱਜ ਬੜਾ ਸਵਾਦ ਆ ਰਿਹਾ ਜਿਵੇਂ ਆਪਦੇ ਆਪਦੀ ਪਬਲਿਕ ਨਾਲ ਗੱਲ ਕਰਨ ਚ ਨਹੀਂ ਨਹੀਂ ਆਪਣੇ ਬੰਦੇ ਘੇਂਟ ਹਾਰੇ ਤੇ ਗੱਲ ਗੁੱਲ ਨਹੀਂ ਪੈਂਦੇ ਮਤਲਬ ਗੱਲਾਂ ਬਾਤਾਂ ਹੀ ਕਰਦੇ ਆ ਆਹ ਭਾਲਾ ਬਾ ਦੋ ਨੰਬਰ ਰਹਿ ਗਏ ਬਾਕੀ ਇਹਨੂੰ ਗੁੱਸਾ ਨਾ ਲੱਗੇ ਯਾਰ ਸਾਡਾ ਇਹਨਾਂ ਨੂੰ ਗੁੱਸਾ ਨਹੀਂ ਲੱਗਦਾ ਹੈਗਾ ਕਿਉਂਕਿ ਜਿੰਨਾ ਵੀ ਭਰਾਵਾਂ ਨੇ ਸਾਰੇ ਨੰਬਰ ਭੇਜੇ ਆ ਨਾ ਆਪਾਂ ਉਹਨਾਂ ਨੂੰ ਲਾ ਰਹੇ ਆ ਹਾਂ ਆ ਨਹੀਂ ਲਾਇਆ ਆ ਨਹੀਂ ਲਾਇਆ ਹੈਗਾ ਤੇ ਬਾਕੀ ਯਾਰ ਇਹ ਤੁਹਾਡੇ ਫਨ ਲਈ ਕਰਦੇ ਆ ਐਂਟਰਟੇਨਮੈਂਟ ਲਈ ਕਰਦੇ ਆ ਮੇਰਾ ਘਰੇ ਫੋਨ ਲਾ ਲਾ ਕੇ ਹੋਰ ਦੇ ਫੋਨ ਤੋਂ ਪਹਿਲਾਂ ਕਰਦੇ ਬਚਦੇ ਕੌਣ ਆ ਵੀ ਉਹਦਾ ਉਹਨਾਂ ਨੇ ਤਾਂ ਘਰੇ ਬਾਜ ਪਛਾਣ ਕੈਰੀ ਚਾਲ ਦੀ ਦਹਿਸ਼ਤ ਵਾਲੀ ਆ ਬਾਈ ਹਰੇਕ ਹੀ ਬਾਜ ਪਛਾਣ ਤਿੰਨ ਹਾਂ ਤਿੰਨ ਪੰਜ ਆਉਣੇ ਆ ਹਾਂ ਇਹਨੂੰ ਕੱਟਣਾ ਪੈਣਾ ਕੱਟਣਾ ਤਿੰਨ ਪੰਜ ਕਰ ਓਏ ਬਾਲੀ ਤਿੰਨ ਪੰਜ ਨਾ ਕਰ ਉਹ ਸਿਰ ਪਾੜ ਕੇ ਗੱਲ ਚ ਬੋਲ ਦਾਤਾ ਪ੍ਰਾਈਮ ਡਾਟਾ ਤੋਂ ਅੱਛਾ ਇਹ ਚੰਦਰ ਜਾ ਕੇ ਇਹਨੂੰ ਸੈਟਿੰਗ ਕਰੀਏ ਪਹਿਲਾਂ ਤਾਂ ਤਾਂ ਰਹੀ ਸੈਟਿੰਗ ਹਜੇ ਸਹੇਲੀ ਨਾਲ ਲੱਗਿਆ ਹੋਇਆ ਏ ਤੁਹਾਡਾ ਪ੍ਰੈਂਕ ਨਾਕਾਮਯਾਬ ਰਿਹਾ ਆਪਾਂ ਫੁੱਦੂ ਬਣਾਉਣਾ ਕਿ ਹੋਰ ਤੋਂ ਫੁੱਦੂ ਬਣੀ ਜਾਂਦਾ ਇਹਨੂੰ ਆਏ ਕੀ ਚੰਦਰ ਮੇਥੋਂ ਬਿਨਾਂ ਵੀ ਹੋਰ ਲੱਭ ਲਈ ਜਿੰਨਾ ਗੱਲਾਂ ਲੱਗਦਾ ਚੱਕਣਾ ਨਹੀਂ ਬਾਈ ਨੇ ਬੀਜੀ ਆ ਰਿਹਾ ਚਲੋ ਆਪਾਂ ਹੋਰ ਲਾਉਂਦੇ ਹਾਂ ਨਹੀਂ ਨਹੀਂ ਆਪਾਂ ਹੋਰ ਲਾਉਂਦੇ ਹਾਂ ਲਾਸਟ ਵਨ ਟਰਾਈ ਕਰਦੇ ਉਹਨਾਂ ਦਿਮਾਗ ਖਪਾਈ ਕਰਦੇ ਹਾਂ ਹੈ ਇੱਦਾਂ ਤਾਂ ਵਧੀਆ ਤੁਸੀਂ ਲਾ 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 ਇੱਕ ਵਾਰੀ ਲਾ ਕੇ ਦੇ ਤੰਗ ਕਰਦੇ ਉਹਦੇ ਜਿੰਨਾ ਲੱਗਣਾ ਬਾਬਾ ਇਹ ਗੱਲ ਜੂਨ ਦੀਆਂ ਛੁੱਟੀਆਂ ਚੱਲਦੀਆਂ ਬਾਈ ਸਹੇਲੀਆਂ ਲੱਗਾ ਉਹ ਪੱਕਾ ਗਰੰਟੀ ਆ ਦੁਬਾਰਾ ਲਾਉਣਾ ਲੱਗ ਗਿਆ ਲੱਗ ਗਿਆ ਇਹਦਾ ਨਾਂ ਜਿਵੇਂ ਮਰਜ਼ੀ ਗੱਲ ਬੰਦਾ ਬਣ ਕੇ ਗੱਲ ਆ ਉਹਨੂੰ ਕੈਰੀ ਫੜਿਆ ਜਾਂਦਾ ਯਾਰ ਤੂੰ ਥੋੜ੍ਹਾ ਜਿਹਾ ਹਾਈ ਲੈਵਲ ਐਕਟਰ ਆ ਹੈਲੋ ਹੈਲੋ ਭਾਅ ਜੀ ਤੁਸੀਂ ਅਕੈਡਮੀ 'ਚ ਆਪਦਾ ਨਾਂ ਲਿਖਾ ਕੇ ਗਏ ਸੀ ਨਾ ਤੁਸੀਂ ਆਏ ਨਹੀਂ ਹੈਲੋ ਹੈਲੋ ਨਹੀਂ ਮੈਂ ਅੰਮ੍ਰਿਤ ਸਿੰਘ ਬੋਲਦੇ ਹਾਂ ਵਾਂ ਅਕੈਡਮੀ ਤੋਂ ਭੰਗੜਾ ਅਕੈਡਮੀ ਤੁਸੀਂ ਨਾਂ ਲਿਖਾ ਕੇ ਗਏ ਸੀਗੇ ਜੀ ਤੁਸੀਂ ਆਏ ਨਹੀਂ ਗਏ ਜੀ
ਟੂ ਕਲਰ ਤੇ ਕਿਵੇਂ ਹਰਸ ਚ ਕਰਾਓ ਆ ਗਿਆ ਨੰਬਰ ਤਾਂ ਮੇਰਾ ਕਾਦਰ ਵਾਲੀ ਸ਼ਰਟ ਹੀ ਨਹੀਂ ਪਾਈ ਨੰਬਰ ਦਾ ਕੈਰੀ ਦਾ ਟੂ ਕਲਰ ਹਰਸ ਚ ਕਰਾਓ ਕਿਵੇਂ ਆ ਗਿਆ ਪਹਿਲਾਂ ਦਾ ਹੀ ਦੱਸ ਦੇ ਬਾਈ ਸਾਨੂੰ ਹੈਲੋ ਹਾਂਜੀ ਵੀਰੇ ਮੈਂ ਕਿਹਾ ਮੇਰੇ ਤਾਂ ਕਾਦਰ ਵਾਲੀ ਸ਼ਰਟ ਹੀ ਨਹੀਂ ਪਾਈ ਟਰੂ ਕਾਦਰ ਤੇ ਕਿਵੇਂ ਆ ਗਿਆ ਬਾਈ ਨਾਮ ਆ ਗਿਆ ਕੈਰੀ ਬੀਬੀਟੀ ਅੱਛਾ ਅੱਛਾ ਚਲੋ ਹੁਣ ਆਪਾਂ ਵੀਰੇ ਹੋਰ ਨੂੰ ਕਿਸੇ ਨੂੰ ਲਾ ਲਈਏ ਫਿਰ ਕਰ ਚਲੋ ਠੀਕ ਆ ਵੀਰੇ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲ ਕਰਕੇ ਚਲੋ ਜੀ ਉਹਨੂੰ ਨਹੀਂ ਲੱਗਿਆ ਉਹਨੇ ਟਾਈਮ ਜੀ ਕੱਟ ਦਿੱਤਾ ਉਹਨੇ ਫਿਰ ਆਪਦੀ ਸਹੇਲੀ ਨਾਲ ਗੱਲ ਕਰਨੀ ਜਦੋਂ ਮੈਂ ਦੱਸਿਆ ਜੂਨ ਦੀਆਂ ਛੁੱਟੀਆਂ ਚੱਲਦੀਆਂ ਮੈਂ ਲੱਗਣਾ ਹਰਸ ਜਗਰਾਉਂ ਬਾਅਦ ਚ ਕਹਿੰਦਾ ਕੈਰੀ ਚੱਲ ਉਹੀ ਬਾਅਦ ਉਹਨੇ ਸੁਣ ਲਿਆ ਉਹਨੇ ਨਾ ਪੈਰਾਂ ਸਾਲੋ ਅਸਲ ਚ ਕੱਢਿਆ ਮੈਨੂੰ ਐ ਹੋ ਸਕਦਾ ਬਾਈ ਪੈਰਾਂ ਸਾਲੋ ਕੱਢਿਆ ਮੈਂ ਤਾਂ ਆਪਣੀ ਕੈਰੀ ਚੱਲ ਹਜੇ ਕੋਹ ਵੀ ਭਰਿਆ ਇਹਦੇ ਤੇ ਨੰਬਰ ਤਾਂ ਨਵਾਂ ਐ ਹੁੰਦਾ ਨਾ ਕਈ ਵਾਰ ਐ ਹੁੰਦਾ ਜਿਹਦੇ ਨੰਬਰ ਯਾਦ ਸੇਵ ਕੀਤੇ ਨੇ ਲੋਕਾਂ ਦੇ ਉਹੀ ਨੰਬਰ ਟਰੂ ਕਾਲ ਦਾ ਸ਼ੋਅ ਹੋਣ ਲੱਗ ਜਾਂਦਾ ਜਦੋਂ ਉਹ ਨਾਮ ਲਿਖਦੇ ਹੀ ਦਿਖਦੇ ਜਾਓ ਮੈਂ ਜਿੰਦਰ ਲਿਖਾਇਆ ਹੋਣਾ ਯਾਰ ਉੱਥੇ ਮੈਂ ਯਾਰ ਇਹ ਵੀ ਚੱਕਰ ਪੈ ਜਾਂਦਾ ਜਿਹੜੇ ਮੰਨ ਕੇ ਸਾਡੇ ਵਰਗੇ ਕੈਰੀ ਚਾਲ ਭਰਦੇ ਆ ਜ਼ਿਆਦਾ ਜਿਹੜੇ ਸੇਵ ਕਰਦੇ ਲੋਕੀ ਨੰਬਰ ਉਹ ਟਰੂ ਕਲਰ ਦੀ ਕਈ ਵਾਰ ਸ਼ੋਅ ਕਰਨ ਲੱਗ ਜਾਂਦਾ ਮੇਰੇ ਹਿਸਾਬ ਨਾਲ ਬਾਕੀ ਬਾਈ ਪਤਾ ਨਹੀਂ ਜਿਵੇਂ ਉਹਨੇ ਕਿਹਾ ਬਾਈ ਨੇ ਫਿਰ ਤਾਂ ਹੋਇਆ ਆ ਫੜੀ ਉਹ ਕੈਰੀ ਉਹ ਬੜਾ ਹੋ ਰਿਹਾ ਬਾਈ ਕਿਹੜਾ ਰਹਿ ਗਿਆ ਜਿੰਦਰ ਨਾਮ ਤਾਂ ਕਿਸੇ ਪਤਾ ਹੀ ਹਾਂ ਇਹ ਤਾਂ ਹਰਮਨ ਹਰਮਨ ਲਓ ਵੀ ਮਿੱਤਰੋ ਲੱਗ ਗਿਆ ਮਾਨ ਹਰਮਨ ਫੋਨ ਹੈਲੋ 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 ਹਾਂਜੀ ਹਾਂ ਪੁੱਤਰ ਕੀ ਹਾਲ ਆ ਠੀਕ ਹੈ ਮਸਲਾ ਬੋਲਦਾ ਇਧਰ ਮੈਂ ਬੋਲੀ ਜਾ ਮੈਂ ਕਰਾਂ ਹੈ ਬੋਲੀ ਜਾ ਫਿਰ ਮੈਂ ਕਰਾਂ ਮੋ ਤੂੰ ਪੁੱਤਰਾ ਮਸਲ ਨਾਲ ਲੜ ਪਿਆ ਯਾਰ ਹੋਰ ਹੁਣ ਤਾਂ ਬੋਲੀ ਬੰਦ ਕਰਾਤੀ ਮਾਸਟਰ ਬੋਲਣ ਡਿਆ ਰੋ ਜਾ ਮੈਂ ਤੇਰੀ ਮਾਸੀ ਨਾਲ ਗੱਲ ਕਰਦਾ ਆ ਦੇਖ ਕੀ ਕਰਦਾ ਦੇਖ ਤੇਰਾ ਆ ਦੇਖ ਭਾਂਜਾ ਤੇਰਾ ਦੇਖ ਦੇਖ ਕੀ ਕਹਿੰਦਾ ਮੈਨੂੰ ਦੇਖ ਆ ਗੱਲ ਕਰ ਇਹ ਨਾਲ ਮੈਨੂੰ ਕਿਸ ਕਹਿੰਦੇ ਹੋ ਜੀ ਉਹਨਾਂ ਨੂੰ ਕਹੋ ਆਪੇ ਕਰ ਲੈਣੇ ਗੱਲ ਹੈਲੋ ਤੁਸੀਂ ਨਾ ਫੋਨ ਲਾਇਆ ਕਰੋਗੇ ਟੁੱਟ ਪੈਣੇ ਤੂੰ ਉਹਨੂੰ ਗਾਲਾਂ ਕਿਉਂ ਕੱਢ ਰਿਹਾ ਮੈਂ ਹੈਲੋ ਹੈਲੋ ਵੀ ਟੁੱਟ ਪੈਣੇ ਤੂੰ ਉਹਨੂੰ ਗਾਲਾਂ ਕਿਉਂ ਕੱਢ ਰਿਹਾ ਮੈਂ ਆਪਦੇ ਮਾਂ ਛੱਡ ਦੂੰ ਉਹ ਆਵਾਜ਼ ਨਹੀਂ ਆਉਂਦੀ ਮੜੀ ਚੱਜ ਦੇ ਫੋਨ ਤੋਂ ਫੋਨ ਲਾ ਲਓ ਆਈਫੋਨ ਤੋਂ ਲਾਇਆ ਬਾਈ ਡਾਟਿੰਦ ਤੋਂ ਹੈਲੋ ਹੈਲੋ ਤੂੰ ਆਪਦੇ ਮਾਸੜ ਨੂੰ ਗਾਲਾਂ ਕਾ ਤੂੰ ਕੱਢਦਾ ਹਾਂ ਹਵਾ ਲੱਗ ਗਈ ਇਹਨੂੰ ਰੁਕ ਜਾ ਮੈਂ ਆਉਣੀ ਆ ਤੇਰੇ ਘਰੇ ਰੁਕ ਜਾ ਤੇਰੀ ਵਾਲੀ ਫੋਨ ਦਾ ਤਾਂ ਫੋਨ ਲਾਇਆ ਆਪਦੇ ਹੱਥੀ ਲਾ ਲੈਂਦੇ ਓਏ ਯਾਰ ਇਹ ਬੜਾ ਚੱਕਰ ਪੈ ਜਾਂਦਾ ਨਾ ਬਾਈ ਟਰੂ ਕਾਲਰ ਦੇਖ ਲਿਆ ਉਹਨਾਂ ਹਾਂ ਬਾਈ ਪਹਿਲਾਂ ਇਹਦਾ ਟਰੂ ਕਾਲਰ ਰੀਡ ਕਰੀਏ ਪਹਿਲਾਂ ਟਰੂ ਕਾਲਰ ਇਹਨੂੰ ਨੱਪ ਦਈਏ ਕਿਤੇ ਅੱਛਾ ਅੱਛਾ ਚਲੋ ਕੋਈ ਨੀ ਵੀਰੇ ਠੀਕ ਆ ਓਕੇ ਵੀਰੇ ਸਾਰਿਆਂ ਨੇ ਗੱਲ ਕੀਤੀ ਹੈ ਨਾ ਜਿਨ੍ਹਾਂ ਨੇ ਕੈਰੀ ਨੇ ਗੱਲ ਕੀਤੀ ਸਾਰਿਆਂ ਨੂੰ ਪਹਿਚਾਣ ਲਿਆ ਕੈਰੀ ਨੇ ਮਤਲਬ ਉਹਨਾਂ ਨੇ ਕੈਰੀ ਨੂੰ ਪਹਿਚਾਣ ਲਿਆ ਹੈਲੋ ਐਂ ਹੋ ਜਾਂਦਾ ਇਹਦੀ ਪਾਰਟੀ ਹੀ ਆਵਾਜ਼ ਤਾਂ ਕਰਕੇ ਲੋਕੀ ਪਹਿਚਾਣ ਜਾਂਦੇ ਆ ਹਾਂਜੀ ਗਾਈਜ਼ ਸੀਗੀ ਆਪਣੇ ਅੱਜ ਦੀ ਘੈਂਟ ਜੀ ਵੀਡੀਓ ਅਤੇ ਇੱਦਾਂ ਦੀ ਘੈਂਟ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਹੋਰ ਘੈਂਟ ਜੇ ਵਲੌਗ ਵਿੱਚ ਥੈਂਕ ਯੂ ਸੋ ਮੱਚ ਬਾਏ 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 ਲਿਪ ਕਿਸ ਦੇ ਉਹਨਾਂ ਨੂੰ